ਪੈਟਰੋਲ ਦੀ ਕੀਮਤ ਨੂੰ ਅੱਗ ਲੱਗ ਗਈ ਤੇ ਉੱਤਰਾਖੰਡ ਦੇ ਵਿੱਚ ਤੇ ਕਈ ਥਾਵਾਂ ਤੇ ਭਾਜਪਾ ਪਤਾ ਕੀ ਕਹਿੰਦੇ ਆ, ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਰੁਤਬਾ ਮਿਲੇ, ਤੇ ਮੈਂ ਕਿਹਾ ਟੱਠੇ ਨੂੰ ਪਾਪੇ ਦਾ ਵੀ ਦੇ ਦੋ, ਉਹ ਵੀ ਤੁਹਾਡਾ ਡੈਡੀ ਆ, ਜਿਹੜਾ ਉਹਦਾ ਹਸਬੈਂਡ ਆ, ਉਹਦਾ ਘਰ ਵਾਲਾ, ਉਹ ਤੁਹਾਡਾ ਡੈਡੀ ਹੋਇਆ ਨਾ, ਉਹਨੂੰ ਵੀ ਦਿਓ ਕੋਈ ਦਰਜਾ ਰਾਸ਼ਟਰੀ ਬਾਪੂ। ਦੇਸ਼ ਮਰ ਰਿਹਾ, ਤੁਸੀਂ ਗਾਂ ਦੇ ਚੱਕਰ ਚ, ਫੋਸ ਦੇ ਚੱਕਰ ਚ, ਗੋਹੇ ਦੇ ਚੱਕਰ ਚ ਫਸੇ ਹੋਏ ਆ, ਮੂੰਹ ਪੀ ਲਓ, ਗੋਹੇ ਵਾਲੇ ਸਾਬਣ, ਕਦੀ ਮੂੰਹ ਪੀ ਲਓ, ਕਦੀ ਕੁਝ ਕਰ ਲਓ, ਇਹ ਕਦੀ ਮਤਲਬ ਵੱਧ ਕੇ ਸੋਚਿਆ ਹੀ ਨਹੀਂ। ਦੇਖੋ ਦੇਸ਼ ਦੀ ਕਿੰਨੀ ਆ, ਸਾਡਾ 45 ਰੁਪਿਆ ਲੀਟਰ ਦੁੱਧ ਨਹੀਂ ਵਿਕਦਾ ਤੇ ਰਾਮਦੇਵ ਦਾ 90 ਰੁਪਿਆ ਲੀਟਰ ਮੂੰਹ ਵਿਕੀ ਜਾਂਦਾ। ਬਿਲਕੁਲ ਠੀਕ ਹੈ, ਰਾਮਦੇਵ ਦੀਆਂ ਗਾਵਾਂ ਦਾ। ਇਸ ਕਰਕੇ ਨਾ ਸਾਡਾ ਦੇਸ਼ ਆ ਜਿਹੜਾ ਉਹ ਗਲਤ ਦਿਸ਼ਾ ਦੇ ਵੱਲ ਜਾ ਰਿਹਾ। ਵਾਕਾਂ ਦੀ ਬਣਤਰ ਜਿਹੜੀ ਨਾ ਹੋਣੀ ਚਾਹੀਦੀ ਹੈ, ਵਾਕ ਬਹੁਤ ਗਲਤ ਬਣ ਜਾਂਦੇ। ਇਸ ਕਰਕੇ ਜਿਹੜੇ ਮੋਦੀ ਸਾਹਿਬ ਬਿਨਾਂ ਕਿਸੇ ਗੱਲ ਤੋਂ ਵੀ 95 ਮਿੰਟ ਬੋਲ ਜਾਂਦੇ ਆ, ਆ ਪੈਟਰੋਲ ਦੀ ਕੀਮਤ ਤੇ ਭੋਰਾ ਨਹੀਂ ਬੋਲਦੇ। ਨਹੀਂ ਪਰ ਗੱਲ ਇਹ ਹੈ ਨਾ ਵੀ ਮੈਂ ਤਾਂ ਕਹਿੰਦੀ ਆ ਥੋੜਾ ਜਿਹਾ ਲੋਕਾਂ ਨੂੰ ਨਾ ਸਿਰ ਤੋਂ ਕੰਮ ਲੈਣ ਦੀ ਲੋੜ ਹੈ। ਜਦ ਤੱਕ ਅਸੀਂ ਬੀਜੇਪੀ ਦਾ ਕੇਂਦਰੀ ਮੰਤਰੀ ਆ, ਉਹਦਾ ਮੈਂ ਕੀ ਨਾਂ ਲਵਾਂ, ਹੈ ਝੁੱਡੂ ਜਾਈ, ਉਹਨੇ ਹੋਰ ਹੀ ਗੱਲ ਕਹਿਤੀ, ਕਹਿੰਦਾ ਦੇਸ਼ ਨੂੰ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕਰਨ ਦੇ ਲਈ ਲੋਕਾਂ ਨੂੰ ਥੋੜੀ ਜਿਹੀ ਕੁਰਬਾਨੀ ਦੇਣੀ ਚਾਹੀਦੀ ਹੈ, ਤੇ ਆਪਾਂ ਥੋੜੀ ਦੇ ਦਿੰਦੇ ਆ। ਨਹੀਂ ਕੁਰਬਾਨੀ ਨੂੰ ਲੋਕ ਹੁਣ ਲਟ ਲਟ ਕੇ ਸੜਕਾਂ ਤੇ ਜਾਏਗਾ, ਲੋਕ ਦੇਖੋ ਕਿੱਡੇ ਬਿਸ਼ਰਮ ਲੋਕ ਆ ਇਹ, ਕੁਝ ਹੋਰ ਹੀ ਸੁਣਾਈ ਜਾਂਦੇ ਆ। ਮੈਂ ਤਾਂ ਇਹ ਕਹਿਣ ਲੱਗੀ ਸੀ ਕਿ ਜਦ ਤਾਈਂ ਅਸੀਂ ਸਿਆਸਤ ਨੂੰ ਧਰਮ ਤੋਂ ਅੱਡ ਕਰਕੇ ਨਹੀਂ ਵੇਖਦੇ, ਤਦ ਤੱਕ ਇਦਾਂ ਦੇ ਕਈ ਝੁੱਡੂ ਪੈਦਾ। ਇੱਕ ਹੋਰ ਦੱਸਦਾ, ਲੋਕ ਤਾਂ ਮਰੇ ਜਾਂਦੇ ਆ, ਲੋਕਾਂ ਦੇ ਵੀ ਦਾਲਾਂ ਮਹਿੰਗੀਆਂ ਹੋ ਗਈਆਂ, ਲੋਕ ਕਹਿੰਦੇ ਡੀਜ਼ਲ ਰਸੋਈ ਗੈਸ ਦੀ ਮਹਿੰਗਾਈ ਬਹੁਤ ਵੱਧ ਗਈ ਆ। ਰਾਮ ਮੰਦਰ ਬਣ ਕੇ ਰਹੂਗਾ 2019 ਦੀਆਂ ਚੋਣਾਂ ਤੋਂ ਪਹਿਲਾਂ, ਵੀ ਜਿਹੜੇ ਪਹਿਲਾਂ ਮੰਦਰ ਬਣੇ ਆ, ਜਿਹੜੇ ਪਹਿਲਾਂ ਗੁਰਦੁਆਰੇ ਬਣੇ ਆ, ਮਸਜਿਦਾਂ ਬਣੀਆਂ, ਉਹਨਾਂ ਦੇ ਮੁਤਾਬਕ ਤਾਂ ਆਪਾਂ ਜ਼ਿੰਦਗੀ ਬਸਰ ਕਰ ਲਈ, ਹੁਣ ਇੱਕ ਹੀ ਚੀਜ਼ ਰਹਿ ਗਈ ਜ਼ਿੰਦਗੀ 'ਚ, ਹੋਰ ਕੋਈ ਦੁੱਖ ਨਹੀਂ। ਸੰਗ ਖਾਓ ਯਾਰ, ਮਨੁੱਖ ਹੋਣ ਦਾ ਫਰਜ਼ ਹੀ ਅਦਾ ਕਰ ਲਓ। ਪਤਾ ਨਹੀਂ ਮੈਨੂੰ ਤਾਂ ਸੱਚੀ ਐ ਲੱਗਣ ਲੱਗ ਪਏ ਵੀ ਜਿੰਨੇ ਭਾਜਪਾ ਹੀ ਬੇਇੱਜ਼ਤੀ ਪ੍ਰੂਫ ਆ ਨਾ, ਕੋਈ ਨਹੀਂ ਹੈਗਾ, ਅਸਰ ਹੀ ਹੈ ਨਹੀਂ। ਲੋਕੀ ਲਾਹਨਤਾਂ ਪਾਉਂਦੇ ਨੇ, ਮੀਡੀਆ ਲਾਹਨਤਾਂ ਪਾਉਂਦਾ ਹੈ, ਹਨਾ, ਲੋਕ ਗੱਲਾਂ ਕਰ ਰਹੇ ਨੇ, ਲੋਕ ਨਾ ਖੁੱਲ ਕੇ ਲਾਹਨਤ ਵੀ ਨਹੀਂ ਪਾ ਸਕਦੇ, ਕਹਿੰਦੇ ਨੇ ਪਾਕਿਸਤਾਨ ਦੇ ਬੰਦੇ ਆ, ਇਹਨਾਂ ਨੂੰ ਉਧਰ ਭੇਜ ਦਿਓ, ਵਿਦੇਸ਼ੀ ਵਿਰੋਧੀ ਤਾਕਤਾਂ ਦਾ ਹੱਥ ਹੈ, ਐਵੇਂ ਆਈਐਸਆਈ ਦੇ ਐਂਟਰ ਜਾਈ ਚ ਬੈਠੇ ਬਣਾਈ ਜਾਣਗੇ ਕਿਸੇ ਨਾ ਕਿਸੇ ਨੂੰ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।